लोकसभा चुनावों को लेकर कांग्रेस ने तैयारियां शुरू कर ली है। इसी के चलते कांग्रेस नेता राजेंद्र सिंह रिटायर्ड एएसपी के द्वारा आज नई दाना मंडी करातरपुर में कांग्रेस विशाल रैली का आयोजन किया गया, जिसमें पंजाब प्रभारी दविंदर यादव, पंजाब कांग्रेस प्रधान अमरिंदर सिंह राजा वाडिंग, सीनियर नेता प्रताप सिंह बाजवा, पूर्व मंत्री राणा गुरजीत सिंह सहित अन्य कांग्रेस नेता शामिल हुए। मीडिया से बातचीत करते हुए प्रताप बाजवा ने बताया कि सभी पार्टियों के द्वारा चुनावों की तैयारियां शुरू हो गई है। देखो गल इस तरह, सारिया पार्टियां तैयारियां कर रही ने, ते ए भी तैयारी का हिस्सा ही है जी। इट इज गुड, जलंधर दे एक इंपोर्टेंट ए जेड़ा साडा सेगमेंट है करतारपुर, एंड करतारपुर की होर इंपोर्टेंस यह है कि आम आदमी पार्टी के एक मिनिस्टर भी है। इट इज गुड कि सारे नो पहले असी इतों काम शुरू किया। पिछली दफा असी इस हल्के तो थले भी गए सी। ਸੰਗਰੂਰ ਦੀ ਆਪ ਵਾਲੇ ਇਲੈਕਸ਼ਨ ਹਾਰ ਚੁੱਕੇ ਸੀ, ਉਸ ਤੋਂ ਬਾਅਦ ਤੁਹਾਨੂੰ ਪਤਾ ਜੋ ਬਾਈ ਇਲੈਕਸ਼ਨ ਹੋਈ ਹੈ ਸਾਡੀ ਭੈਣ ਚੌਧਰੀ ਕਰਮਜੀਤ ਕੌਰ ਜੀ ਜਿਹੜੇ ਨੇ ਇਲੈਕਸ਼ਨ ਲੜੇ ਨੇ, ਇਹ ਬਾਈ ਇਲੈਕਸ਼ਨ ਜਿਹੜੀ ਹੈ ਇਹ ਫੇਰ ਇਲੈਕਸ਼ਨ ਤੇ ਹੁੰਦੀ ਨਹੀਂ, ਬਿਕੋਜ਼ ਸਾਰੀ ਗਵਰਨਮੈਂਟ ਇਨਵੋਲਵ ਸੀ, ਪੁਲਿਸ ਇਨਵੋਲਵ ਸੀ, BDPO ਦਾ ਪੰਚਾਇਤੀ ਰਾਜ ਮਹਿਕਮਾ ਇਨਵੋਲਵ ਸੀ, ਸਾਰੇ ਮਿਨਿਸਟਰ ਆ ਕੇ ਬੈਠ ਕੇ। ਤੋ ਇਟ ਵਾਜ਼ ਜਿਸ ਤਰ੍ਹਾਂ ਹੁੰਦੀ ਹੈ ਨਾ, ਇੱਕ ਬੰਦੇ ਦੇ ਖਿਲਾਫ 10 ਬੰਦੇ ਤੋਂ ਹੀ ਲੜਾ ਲਓ, ਔਰ ਨੈਸ਼ਨਲ ਸਟਾਈਲ ਕਬੱਡੀ ਹੁੰਦੀ ਹੈ, ਐਤਕੀ ਹੋਣੀ ਪੰਜਾਬ ਸਟਾਈਲ 1-2-1। ਦੇਖੋ ਮੋਸਟ ਅਨਫੋਰਚੁਨੇਟ, ਜਿਹੜਾ ਚੀਫ ਮਿਨਿਸਟਰ ਦਾ ਰੁਤਬਾ ਹੈ ਬਹੁਤ ਵੱਡਾ ਰੁਤਬਾ, ਇਸ ਪੋਜੀਸ਼ਨ ਤੇ ਕਿਸੇ ਟਾਈਮ ਸਾਹਿਬ ਪ੍ਰਤਾਪ ਸਿੰਘ ਕਹਿ ਰਹੇ, ਗਿਆਨੀ ਜੈਲ ਸਿੰਘ ਜੀ, ਸਾਹਿਬ ਬੇਅੰਤ ਸਿੰਘ ਜੀ, ਸਾਹਿਬ ਪ੍ਰਕਾਸ਼ ਸਿੰਘ ਬਾਦਲ ਜੀ ਬੈਠੇ ਨੇ, ਕੈਪਟਨ ਅਮਰਿੰਦਰ ਸਿੰਘ ਵਰਗੇ ਰਹੇ ਨੇ। ਹੁਣ ਪੰਜਾਬ ਦੀ ਬਦਕਿਸਮਤੀ ਜਿਸ ਕਿਸਮ ਦਾ ਬੰਦਾ ਲਿਆ ਕੇ ਬਿਠਾ, ਇਸ ਪੋਜੀਸ਼ਨ ਦੇ ਲਾਇਕ ਹੀ ਹੈ ਨਹੀਂ, ਨਾ ਉਹਦੇ ਚ ਕਾਬਲੀਅਤ ਹੈ, ਨਾ ਉਹਦੇ ਚ ਫਰਾਖ ਮਿਲੀ ਹੈ, ਨਾ ਉਹਦੀ ਕੋਈ ਬੈਕਗ੍ਰਾਉਂਡ ਹੀ ਇਸ ਕਿਸਮ ਦੀ ਹੈ। ਅਨਫੋਰਚੁਨੇਟਲੀ ਉਹਨੇ ਸਾਰੇ ਵਿਧਾਨ ਸਭਾ ਉਹਦਾ ਮਾਹੌਲ ਵਿਗਾੜਤਾ, ਲੈਵਲ ਆਫ ਡਿਸਕਸ਼ਨ ਬਿਲਕੁਲ ਗਟਰ ਲੈਵਲ ਦੀ ਡਿਸਕਸ਼ਨ ਸ਼ੁਰੂ ਹੋ ਗਈ ਹੈ। ਕੋਈ ਅਕਲਮੰਦੀ ਦੀ ਸਿਆਣਪ ਦੀ ਗੱਲ ਉੱਥੇ ਨਹੀਂ ਹੁੰਦੀ ਜੀ। ਇੱਕ ਮੁੱਖ ਮੰਤਰੀ ਜੰਦਰਾ ਤੇ ਚਾਬੀਆਂ ਪਾ ਕੇ ਸਪੀਕਰ ਨੂੰ ਇਹ ਗੱਲ ਕਹਿ ਕੇ ਵਿਧਾਨ ਸਭਾ ਨੂੰ ਤਾਲੇ ਲਵਾ ਦਿਓ, ਬੰਦਾ ਇਹ ਪਹਿਲੀ ਗੱਲ ਪੁੱਛੇ ਕਿ ਕੀ ਡਾਕਟਰ BR ਅੰਬੇਦਕਰ ਸਾਹਿਬ ਦੀ ਇਹ ਸੋਚ ਹੈ ਜੀ, ਜਿਨ੍ਹਾਂ ਨੇ ਕੰਸਟੀਟਿਊਸ਼ਨ ਦੇ ਵਿੱਚ ਇਹ ਫੋਰਮਸ ਨੇ ਜਿੱਥੇ ਲੋਕ ਸੁਚੱਜੇ ਢੰਗ ਨਾਲ ਆਪਣੀਆਂ ਮੁਸ਼ਕਲਾਂ ਪੇਸ਼ ਕਰਦੇ। ਤੁਸੀਂ ਬਜਟ ਪੇਸ਼ ਕਰ ਰਹੇ ਹੋ, ਬਜਟ 'ਚ ਦੇਣ ਲੈਣ ਨੂੰ ਕੁਝ ਵੀ ਨਹੀਂ, ਇਟ ਵਾਜ਼ ਅ ਕੰਪਲੀਟ ਫੇਲਡ ਬਜਟ, ਧੋਖਾ ਪੰਜਾਬ ਦੇ ਨਾਲ, ਝੂਠ ਤੇ ਕੁਫਰ ਤੋਲਿਆ, ਸਾਹਮਣੇ ਨਜ਼ਰ ਆ ਕੇ ਮੈਂ ਬਜਟ ਸਪੀਚ ਕੀਤੀ ਹੈ, ਇੱਕ ਗੱਲ ਦਾ ਵੀ ਜਵਾਬ ਦੇ ਸਕੇ, ਦੇ ਹੈਵ ਨਥਿੰਗ ਟੂ ਆਫਰ। ਸੋ ਗੱਲ ਇਹ ਹੈ, ਐਤਕੀ ਇਸ ਲਈ 13-0 ਕਹਿੰਦਾ ਸੀ ਨਾ ਭਗਵੰਤ, ਮੇਰਾ ਓਪਨ ਚੈਲੰਜ ਆ, 0 ਤੇ ਆਪ ਆਏਗੀ, 13 'ਚ ਬਾਕੀ ਪਾਰਟੀਆਂ। ਜਦੋਂ ਪਾਰਟੀਆਂ ਕੈਂਡੀਡੇਟ ਚੂਜ਼ ਕਰਨ, ਉਹਨਾਂ ਦੀ ਬੈਕਗ੍ਰਾਉਂਡ ਜ਼ਰੂਰ ਵੇਖੋ, ਮਾਈਂਡ ਕਰਦੇ ਨੇ। ਜਦੋਂ ਮੈਂ ਕਹਿੰਦਾ, ਜਦੋਂ ਮੈਂ ਸ਼ਬਦ ਕਈ ਇਹੋ ਜਿਹੇ ਇਸਤੇਮਾਲ ਕਰਨਾ, ਪੈਡੀਗਰੀਡ ਬੰਦੇ, ਪੈਡੀਗਰੀ ਦਾ ਇਹੀ ਫਰਕ ਹੁੰਦਾ। ਪਹਿਲੇ ਜਿਹੜਾ ਅੱਜ ਸਾਨੂੰ ਛੱਡ ਕੇ ਗਿਆ,
ਇਹ ਪਹਿਲੇ ਪੀਪੀਪੀ ਵਿੱਚ ਸੀ, ਮਨਪ੍ਰੀਤ ਬਾਦਲ ਨੂੰ ਛੱਡਿਆ, ਫਿਰ ਸਾਹਿਬ ਪ੍ਰਕਾਸ਼ ਸਿੰਘ ਬਾਦਲ ਕੋਲ ਚਲਾ ਗਿਆ, ਅਕਾਲੀ ਦਲ ਚ ਰਿਹਾ। ਮੌਕੇ ਤੇ ਆ ਕੇ ਪੈਰ ਤੇ ਸਾਡੇ ਲੋਕਾਂ ਨੇ ਇਹਨੂੰ ਕਾਂਗਰਸ ਸ਼ਾਮਿਲ ਕਰਕੇ ਟਿਕਟ ਦੇ ਦਿੱਤੀ। ਹੁਣ ਇਹਨੂੰ ਆਪ ਵਾਲਿਆਂ ਨੇ, ਵੇਖੋ ਆਪ ਕੋ ਤੁਸੀਂ ਇਹ ਵੇਖੋ, ਜਿਹੜੀ ਗਵਰਨਮੈਂਟ 2.5 ਸਾਲਾਂ ਦੀ ਜਾਂ 2.25 ਸਾਲ ਦੀ ਆਫਿਸ ਦੇ ਵਿੱਚ, ਇਹਨਾਂ ਕੋਲ ਇੱਥੇ ਆ ਰਿੰਕੂ ਵੀ ਫਾਰਮਰ ਕਾਂਗਰਸਮੈਨ, ਇਹਨੂੰ ਵੀ ਚੁੱਕੇ ਲੈ ਗਏ। ਉਹ ਤਾਂ ਮਤਲਬ ਇਹਨਾਂ ਇਹ ਆਪ ਤਸਲੀਮ ਕਰਦੇ, ਇਹਨਾਂ ਕੋਲ ਬੰਦਾ ਹੀ ਕੋਈ ਹੈ ਨਹੀਂ ਲੋਕ ਸਭਾ ਇਲੈਕਸ਼ਨ ਲੜਾਉਣ ਜੋਗਾ। ਜਿਹੜਾ ਬਗਾਨੇ ਬੰਦੇ ਨੂੰ ਚੁੱਕ ਕੇ ਲਿਆਂਦਾ ਉਹ ਪਾਰਟੀ, ਉਹਦਾ ਮਤਲਬ ਹੈ ਉਹਨਾਂ ਦੀ ਨਾ ਕੋਈ ਆਈਡੀਓਲੋਜੀ, ਨਾ ਦੇ ਆਰ ਬੈਂਕਰਪਟ ਆਫ ਆਈਡੀਓਲੋਜੀ। ਨਹੀਂ ਤੇ ਕਦੀ ਲੋਕ ਸਭਾ ਦੀਆਂ ਸੀਟਾਂ ਤੁਸੀਂ ਐਵੇਂ ਕੋਈ ਤੁਰਦਾ ਫਿਰਦਾ ਸੜਕ ਤੇ ਬੰਦਾ ਜਦੋਂ ਮਰਜ਼ੀ ਚੁੱਕ ਕੇ ਉਹਨੂੰ ਕਹੋ ਤੂੰ ਸਾਡੀ ਪਾਰਟੀ ਦਾ ਕਹਿੰਦਾ। ਮੀਡੀਆ ਰਿਪੋਰਟ ਦੇ ਮੁਤਾਬਕ ਬੀਜੇਪੀ ਅਕਾਲੀ ਦਲ ਦਾ ਗਠਬੰਧਨ ਜੋ ਲਗਭਗ ਤੈਅ ਹੋ ਚੁੱਕਾ ਹੈ, ਸੀਟੇ ਵੀ ਵੱਟ ਚੁੱਕੀ ਹੈ, ਕਿਆ ਇਸ ਦਾ ਇਫੈਕਟ ਪੜੇਗਾ 2013 ਦੇ? ਮੈਂ ਤੇ ਵੈਲਕਮ ਕਰਾਂਗਾ, ਮੈਂ ਇਸ ਗੱਲ ਕਾਰਨ ਵੈਲਕਮ ਕਰਾਂਗਾ ਕਿ ਸ਼੍ਰੋਮਣੀ ਅਕਾਲੀ ਦਲ ਇਹ ਪਾਰਟਨਰ ਸੀ ਜਦੋਂ 4 ਕਾਲੇ ਕਾਨੂੰਨ ਮੋਦੀ ਸਾਹਿਬ 6 ਮਹੀਨੇ ਡਿਸਕਸ਼ਨ ਤੋਂ ਬਾਅਦ ਲੈ ਕੇ ਆਏ ਸੀ। ਹਰਸਿਮਰਤ ਕੌਰ ਜੀ ਹਿੱਸੇਦਾਰ ਸਨ, ਸ਼ੀ ਐਗਜੈਕਟਲੀ ਨਿਊ ਕਿ ਕਾਨੂੰਨ ਕੀ ਆ ਰਹੇ ਨੇ, ਐਂਟੀ ਪੰਜਾਬ ਨੇ, ਐਂਟੀ ਭਾਰਤ। ਜਦੋਂ ਮੌਕੇ ਤੇ ਕਾਨੂੰਨ ਆਏ ਵੱਡੇ ਪੈਮਾਨੇ ਤੇ ਸਾਰੇ ਹਿੰਦੁਸਤਾਨ 'ਚ ਬਗਾਵਤ ਹੋ ਗਈ, ਵਿਸ਼ੇਸ਼ ਤੌਰ ਪੰਜਾਬ 'ਚ ਹੋਈ, ਤੇ ਕਿਸਾਨ ਯੂਨੀਅਨ ਨੇ ਜਾ ਕੇ ਬਾਦਲ ਸਾਹਿਬ ਦੇ ਘਰ ਦੇ ਬਾਹਰ ਉਹਨਾਂ ਦੇ ਪਿੰਡ ਬਾਦਲ ਪਿੰਡ 'ਚ ਮੋਰਚਾ ਲਾ ਦਿੱਤਾ। ਉਦੋਂ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਫਿਰ ਤੁਹਾਨੂੰ ਯਾਦ ਹੋਏਗਾ ਉਸ ਤੋਂ ਪਹਿਲੇ ਹਰਸਿਮਰਤ ਬਾਦਲ, ਸਾਹ ਸੁਖਬੀਰ ਸਿੰਘ ਬਾਦਲ ਤੇ ਲੇਟ ਸਵਰਗੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਕੋਲੋਂ ਵੀ ਇਹਨਾਂ ਨੇ ਵਕਾਲਤ ਕਰਾਈ ਹੈ ਕਾਲੇ ਕਾਨੂੰਨਾਂ ਦੀ। ਜਲੰਧਰ ਸੇ ਪਰਮਜੀਤ ਸਿੰਘ ਕੀ ਰਿਪੋਰਟ, ਕੈਮਰਾਮੈਨ ਯੁਗਮਾਰਗ ਟੀਵੀ।